ਹਾਂਜੀ ਕਿਸਾਨ ਵੀਰੋ, ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ। ਸਵਾਗਤ ਆ ਤੁਹਾਡਾ ਐਗਰੀਕਲਚਰ ਇਨਫੋਰਮੇਸ਼ਨ ਪੰਜਾਬੀ ਚੈਨਲ 'ਚ। ਮੈਂ ਡਾਕਟਰ ਗੋਬਿੰਦਰ ਸਿੰਘ ਬਰਾੜ। ਸੋ ਕਿਸਾਨ ਵੀਰੋ, ਇਸ ਵੀਡੀਓ 'ਚ ਤੁਹਾਡੇ ਨਾਲ ਜਾਣਕਾਰੀ ਸਾਂਝੀ ਕਰਨੀ ਆ ਜਿਹੜਾ ਮੌਸਮ ਬਾਰੇ, ਕਿਉਂਕਿ ਬਹੁਤ ਸਾਰੇ ਕਿਸਾਨ ਵੀਰ ਜਿਹੜੇ ਗੁੱਲੀ ਡੰਡੇ ਦੀਆਂ ਸਪਰੇਆਂ ਕਰ ਰਹੇ ਆ, ਜਾਂ ਜਿਹੜਾ ਪਾਣੀ ਤੋਂ ਜਿਹੜੀਆਂ ਕਣਕਾਂ ਪਛੜ ਗਈਆਂ ਉਹਨਾਂ ਦੇ ਵਿੱਚ ਪਾਣੀ ਲਾਉਣ ਬਾਰੇ ਜਿਹੜਾ ਕਿਸਾਨਾਂ ਦੇ ਵਿੱਚ ਦੁਚਿੱਤੀ ਕਾਫੀ ਬਣੀ ਹੋਈ ਆ ਕਿ ਪਾਣੀ ਹੁਣ ਲਾਇਆ ਜਾਵੇ ਜਾਂ ਨਾ ਲਾਇਆ ਜਾਵੇ। ਕਿਉਂਕਿ ਜੇ ਆਪਾਂ ਇੰਨਾ ਠੰਡਾ ਮੌਸਮ ਆ ਹੁਣ, ਕਣਕਾਂ ਦੇ ਵਿੱਚ ਪਹਿਲਾਂ ਵੀ ਜਿਹੜਾ ਕਿਸਾਨ ਵੀਰਾਂ ਨੇ ਕਈਆਂ ਨੇ ਇੱਕ ਪਾਣੀ ਵੀ ਨਹੀਂ ਲਾਇਆ ਹੁਣ ਤੱਕ ਕਣਕਾਂ ਨੂੰ, ਕਿਉਂਕਿ ਪਹਿਲਾਂ ਜਿਹੜਾ ਮੀਂਹ ਪੈ ਗਿਆ ਸੀਗਾ, ਬਾਰਿਸ਼ ਹੋ ਗਈ ਸੀ। ਅਤੇ ਹੁਣ ਉਹ ਦਚਿੱਤੀ ਦੇ ਵਿੱਚ ਆ ਕਿ ਪਾਣੀ ਲਾਇਆ ਜਾਵੇ ਨਾ ਲਾਇਆ ਜਾਵੇ, ਗੁੱਡੀ ਡੰਡੇ ਵਾਲੀ ਜਿਹੜੀ ਹੈਗੀ ਆ ਸਪਰੇਅ ਜਿੱਥੇ ਲੇਟ ਹੋ ਗਈ ਹੈ ਉਹ ਕਦੋਂ ਕੀਤੀ ਜਾਵੇ। ਸੋ ਜਿਹੜਾ ਹੈਗਾ ਅਗਲੇ 2-3 ਦਿਨ 4 ਦਿਨ 'ਚ ਮੌਸਮ ਕਿਹੋ ਜਿਹਾ ਰਹਿਣ ਵਾਲਾ, ਉਹਦੇ ਬਾਰੇ ਤੁਹਾਡੇ ਨਾਲ ਜਿਹੜੀ ਜਾਣਕਾਰੀ ਸਾਂਝੀ ਕਰਨੀ ਆ। ਸੋ ਜਿਹੜੇ ਨਵੇਂ ਕਿਸਾਨ ਵੀਰ ਜੁੜੇ ਉਹਨਾਂ ਨੂੰ ਬੇਨਤੀ ਹੈ ਕਿ ਚੈਨਲ ਸਬਸਕ੍ਰਾਈਬ ਕਰ ਲਓ, ਨਾਲ ਹੀ ਬੈਲ ਵਾਲਾ ਬਟਨ ਦੱਬ ਲਓ ਤਾਂ ਕਿ ਹਰ ਇੱਕ ਨਵੀਂ ਵੀਡੀਓ ਨਵੀਂ ਜਾਣਕਾਰੀ ਤੁਹਾਡੇ ਤਾਈਂ ਪਹੁੰਚਦੀ ਰਹੇ। ਸੋ ਕਿਸਾਨ ਵੀਰ, ਜਿਹੜਾ ਮੌਸਮ ਬਾਰੇ ਤੁਹਾਡੇ ਨਾਲ ਜਿਹੜੀ ਜਾਣਕਾਰੀ ਸਾਂਝੀ ਕਰਨੀ ਹੈ, ਕਿਉਂਕਿ ਜਿਹੜਾ ਹੈਗਾ ਟੈਂਪਰੇਚਰ ਇਹਨਾਂ ਦਿਨਾਂ ਦੇ ਵਿੱਚ ਕਾਫੀ ਥੱਲੇ ਪਹੁੰਚ ਗਿਆ, ਅਤੇ ਫਰੀਦਕੋਟ ਜ਼ਿਲ੍ਹਾ ਜਿਹੜਾ ਉਹ ਬਹੁਤ ਜ਼ਿਆਦਾ ਠੰਡਾ ਰਿਹਾ ਪੰਜਾਬ ਦੇ ਵਿੱਚ ਜਾਂ ਉੱਤਰੀ ਭਾਰਤ ਦੇ ਵਿੱਚ ਕਹਿ ਲਓ ਕਿ ਬਹੁਤ ਜ਼ਿਆਦਾ ਠੰਡਾ ਜ਼ਿਲ੍ਹਾ ਰਿਹਾ ਇਹ। ਪਿਛਲੀ ਰਾਤ ਜਿਹੜਾ ਇੱਥੋਂ ਦਾ ਟੈਂਪਰੇਚਰ ਰਿਹਾ 0.5 ਡਿਗਰੀ ਸੈਲਸੀਅਸ, ਬਰਫ਼ ਦੇ ਜਮਾਅ ਤੋਂ 0.5 ਡਿਗਰੀ ਵੱਧ ਰਿਹਾ ਟੈਂਪਰੇਚਰ। ਸੋ ਜਿਹੜਾ ਹੈਗਾ ਮੌਸਮ ਵਿਭਾਗ ਨੇ, IMD ਨੇ, ਇੰਡੀਅਨ ਮੈਟਰੋਲੋਜੀਕਲ ਡਿਪਾਰਟਮੈਂਟ ਨੇ, ਜਿਹੜਾ ਇਹਨਾਂ ਦਾ ਚੰਡੀਗੜ੍ਹ ਜਿਹੜਾ ਰੀਜਨਲ ਸਟੇਸ਼ਨ ਆ, ਉਹਨਾਂ ਵੱਲੋਂ ਜਿਹੜੀ ਚੇਤਾਵਨੀ ਜਾਰੀ ਕੀਤੀ ਗਈ ਹੈ ਕਿਸਾਨ ਵੀਰੋ, 2 ਅਤੇ 3 ਤਰੀਕ ਨੂੰ, ਮਤਲਬ ਕਿ ਅੱਜ 31 ਤਰੀਕ ਹੈ, ਪਰਸੋਂ ਅਤੇ ਚੌਥੇ ਨੂੰ ਜਿਹੜਾ ਹੈਗਾ ਕਿਤੇ ਕਿਤੇ ਗਰਜ ਚਮਕ ਨਾਲ ਜਿਹੜੇ ਛਿੱਟੇ ਪੈ ਸਕਦੇ ਆ, ਹਲਕੀ ਬਾਰਿਸ਼ ਹੋ ਸਕਦੀ ਹੈ, ਹਲਕੀ ਤੋਂ ਦਰਮਿਆਨੀ, ਭਾਰੀ ਬਾਰਿਸ਼ ਦੀ ਚੇਤਾਵਨੀ ਹੈ ਨਹੀਂ ਗੀ, ਕਿਉਂਕਿ ਇਹ ਜਿਹੜਾ ਹੈਗਾ ਪੀਲੇ ਰੰਗ ਦੇ ਵਿੱਚ ਜਿਹੜੀ ਚੇਤਾਵਨੀ ਜਾਰੀ ਕੀਤੀ ਗਈ ਹੈ। ਇਹਦੇ ਬਾਰੇ ਹੈਗਾ ਕਿ ਅਪਡੇਟ ਆਪਾਂ ਨੂੰ ਰਹਿਣਾ ਪਊਗਾ, ਜੇ ਕੱਲ੍ਹ ਨੂੰ ਕੋਈ ਚੇਤਾਵਨੀ ਜਾਰੀ ਹੋਈ ਤਾਂ ਫਿਰ ਮੈਂ ਜ਼ਰੂਰ ਦੱਸੂਗਾ, ਕਿਉਂਕਿ ਮੇਰਾ ਇਹ ਮਕਸਦ ਹੁੰਦਾ ਕਿ ਜਿਹੜੀ ਜੇ ਕੋਈ ਜ਼ਿਆਦਾ ਅਲਰਟ ਹੁੰਦਾ ਤਾਂ ਫਿਰ ਮੈਂ ਜਿਹੜਾ ਹੈਗਾ ਤੁਹਾਡੇ ਨਾਲ ਜਿਹੜੀ ਜਾਣਕਾਰੀ ਸਾਂਝੀ ਕਰਦਾ ਹੁੰਦਾ। ਸੋ ਜਿਹੜੀ ਇਹ ਪੀਲੇ ਰੰਗ ਦੇ ਵਿੱਚ ਜਾਣਕਾਰੀ ਜਿਹੜੀ ਸਾਂਝੀ ਚੇਤਾਵਨੀ ਸਾਂਝੀ ਕੀਤੀ ਗਈ ਹੈ ਕਿ 2 ਅਤੇ 3 ਤਰੀਕ ਨੂੰ ਪੰਜਾਬ ਅਤੇ ਹਰਿਆਣਾ ਦੇ ਤਕਰੀਬਨ ਸਾਰੇ ਜ਼ਿਲ੍ਹਿਆਂ ਦੇ ਵਿੱਚ ਕਿਤੇ ਕਿਤੇ ਜਿਹੜੇ ਹੈਗੇ ਆ ਗੜਜ ਚਮਕ ਨਾਲ ਜਿਹੜੇ ਹੈਗੇ ਆ ਹਲਕੀ ਤੋਂ ਦਰਮਿਆਨੀ ਬਾਰਿਸ਼ ਹੋ ਸਕਦੀ ਹੈ, ਅਤੇ ਉਦੋਂ ਬਾਅਦ ਹੈਗਾ ਹੋ ਸਕਦਾ ਜਿਹੜਾ ਮੌਸਮ ਸਾਫ਼ ਹੋ ਜਾਏ। ਜੇ ਉਦੋਂ ਬਾਅਦ ਜਿਹੜਾ ਕੋਈ ਅਲਰਟ ਜਾਰੀ ਕੀਤਾ ਜਾਊਗਾ ਤਾਂ ਉਹਦੇ ਬਾਰੇ ਤੁਹਾਡੇ ਨਾਲ ਜਾਣਕਾਰੀ ਸਾਂਝੀ ਕਰਾਂਗੇ। ਭਾਰੀ ਬਾਰਿਸ਼ ਦੀ ਕੋਈ ਚੇਤਾਵਨੀ ਨਹੀਂ, ਗੜੇਮਾਰੀ ਦੀ ਕੋਈ ਚੇਤਾਵਨੀ ਨਹੀਂ ਹੈਗੀ, ਹੋ ਸਕਦਾ ਕਿਤੇ ਕਿਤੇ ਗੜੇਮਾਰੀ ਹੋ ਸਕਦੀ ਹੈ, ਪਰ ਜਿਹੜੀ ਹੈਗੀ ਆ ਹਜੇ ਤਾਈਂ ਹਲਕੀ ਤੋਂ ਦਰਮਿਆਨੀ ਗਰਜ ਚਮਕ ਨਾਲ ਛਿੱਟੇ ਪੈ ਸਕਦੇ ਆ। ਅਤੇ ਜਿਹੜੇ ਕਿਸਾਨ ਵੀਰ ਜਿਹੜੇ ਹੈਗੇ ਆ ਸੋਚ ਰਹੇ ਆ ਪਾਣੀ ਲਾਉਣ ਬਾਰੇ, ਹਜੇ 2-3 ਦਿਨ ਰੁਕ ਕੇ ਜਿਹੜਾ ਆਪਾਂ ਪਾਣੀ ਲਾਉਣਾ, 2-3 ਦਿਨ ਰੁਕ ਕੇ ਲਾਓ। ਜਿਹੜੇ ਕਿਸਾਨ ਵੀਰ ਗੁੱਲੇ ਡੰਡੇ ਵਾਲੀ ਜਿਹੜੀ ਸਪਰੇਅ ਕਰ ਰਹੇ ਆ, ਹਜੇ ਕਿਸਾਨ ਵੀਰੋ 2-3 ਦਿਨ ਰੁਕ ਕੇ ਜਿਹੜੀ ਸਪਰੇਅ ਕਰੋ। ਜੇ ਤੁਸੀਂ ਅੱਜ ਸਪਰੇਅ ਕਰਤੀ ਜਾਂ ਕੱਲ੍ਹ ਨੂੰ ਕਰਤੀ, ਉਦੋਂ ਬਾਅਦ ਜਿਹੜੇ ਬਾਰਿਸ਼ ਹੋ ਗਈ, ਜੇ 2 ਜਾਂ 3 ਤਰੀਕ ਨੂੰ ਜਿੱਥੇ ਜਿੱਥੇ ਜੇ ਬਾਰਿਸ਼ ਹੋ ਗਈ, ਜੇ ਤੁਸੀਂ ਜਿਹੜੀ ਸਪਰੇਅ ਕਰੋਗੇ ਗੁੱਲੀ ਡੰਡੇ ਵਾਲੀ, ਤਾਂ ਉਹਦੇ ਨਾਲ ਜਿਹੜਾ ਹੈਗਾ ਉਹਦਾ ਅਸਰ ਖਤਮ ਹੋ ਜਾਊਗਾ, ਅਤੇ ਬਾਅਦ 'ਚੋਂ ਆਪਾਂ ਨੂੰ ਦੁਬਾਰਾ ਫਿਰ ਉਹੀ ਸਪਰੇਅ ਕਰਨੀ ਪੈਣੀ ਹੈ। ਸੋ ਕਿਰਪਾ ਕਰਕੇ 3 ਤਰੀਕ ਤਾਈਂ ਜਿਹੜਾ ਮੌਸਮ ਦੇਖ ਲਓ, ਜਾਂ ਕੱਲ੍ਹ ਨੂੰ ਜਾਂ ਪਰਸੋਂ ਜੋ ਅਪਡੇਟ ਹੋਊਗੀ ਉਹਦੇ ਬਾਰੇ ਜਿਹੜੀ ਹੈਗੀ ਤੁਹਾਡੇ ਨਾਲ ਜਾਣਕਾਰੀ ਵੱਖਰੀ ਸਾਂਝੀ ਕਰਾਂਗੇ। ਜੇ ਤੁਸੀਂ ਤੱਤਾਂ ਵਾਲੀ ਸਪਰੇਅ ਕਰ ਰਹੇ ਹੋ, ਸੋਚ ਰਹੇ ਹੋ ਕੱਲ੍ਹ ਨੂੰ ਜਾਂ ਪਰਸੋਂ ਮੈਂਗਨੀਜ਼ ਦੀ ਜਾਂ ਜਿਹੜੀ ਜਿੰਕ ਦੀ,
ਜੇ ਤੱਤਾਂ ਵਾਲੀ ਸਪਰੇਅ ਕਰਨੀ ਆ ਉਹ ਤੁਸੀਂ ਜੇ ਪਲਾਨ ਬਣਾਇਆ ਹੋਇਆ ਤਾਂ ਕਰ ਸਕਦੇ ਹੋ, ਜੇ ਰੁਕਣਾ ਤਾਂ 2 ਦਿਨ ਰੁਕ ਵੀ ਸਕਦੇ ਹੋ, ਕਿਉਂਕਿ ਤੱਤਾਂ ਵਾਲੀ ਸਪਰੇਅ ਕਰ ਦਿਓਗੇ ਤਾਂ ਉਹਦਾ ਜਿਹੜਾ ਹੈਗਾ ਆਪਾਂ ਨੂੰ ਜਿਹੜਾ ਅਸਰ ਮਿਲੂਗਾ ਹੀ ਮਿਲੂਗਾ ਉਹਦੇ ਵਿੱਚ ਆਪਣੀ, ਨੁਕਸਾਨ ਵਾਲੀ ਕੋਈ ਗੱਲ ਨਹੀਂ। ਹੋਰ ਕੋਈ ਸੁਝਾਅ ਹੋਵੇ ਅਤੇ ਸਵਾਲ ਹੋਵੇ ਜ਼ਰੂਰ ਸਾਂਝਾ ਕਰੋ। ਤੁਹਾਡਾ ਬਹੁਤ ਬਹੁਤ ਧੰਨਵਾਦ।